उस दौर दे जानवर भी मकाम मुस्तफा को जानते थे, जानवर होकर भी कमली वाले का अदब किया। और इस दौर के अगर पढ़े लिखे बाशऊर जानवर पढ़े लिखे जानवर अगर कमली वाले का अदब न कर सकें तो मेरा ख्याल है उस जमाने के उस गधे की एक मैं बात आपको सुनाता हूं। दिल है जरा जौक है बोलो, ठीक है। عن ابي المنذور عن ابي منذور قال لما فتح الله على نبيه خيبر ابي منذور فرمانن کے جس ویلے اللہ تعالی اپنے نبی تے خیبر فتح فرمایا نا اصابه من سهمه اربعه ازواج بغال चार जोड़े खचरा ने आपने हिस्से चाहे, तकसीम होया ना माल सारिया च गनीमत ना, ते चार खचरा ने घोड़े आपने खचर जेड़े ना आपने हिस्से चाहे। वह अरबा तो अजवाजे खिफाफ हैं, ते चमड़े ने चार मौजे आपने हिस्से चाहे। वह आशारो अवाके जहबिन व फिजतिन व हिमार उन अस्वदो व मिकतल उन, दस औकिया जहब सोना है जी, औंस जिसा आनंद ना तकरीबन डेढ़ औंस इस दौर ने साहब ना डेढ़ औंस सोना ते चांदी ते एक काले रंग ना खोता व मिकतल उन ते खजूरा ना बनाया पत्तिया ना बनया होना ना टोकरा खजूरा ना पत्तिया ना बनया उस मिकतल अरबी जाने वह मिकतल उन ते एक टोकरा खजूरा ने पत्तरा ना बनया या ए आपने ते काला खोता आपने इससे चाया। काला अभी मंजूर आने के फकल्लमन नबीयुल हिमारा हुजूर ने गल की थी खोते नाल फकल्लमा हुल हिमारो फिर खोते भी जवाबन आप अगे अर्ज की थी। हूं सुनो जरा गल आयो है कमली वाले ने जमाने ना खोता, अगर इस दौर में होता है काश इस दौर में होता, हुजूर के दौर का खोता काश इस दौर में होता। हम उसकी भी जियारत करते हैं जिसकी पुष्ट पर सरकार ने सवारी फरमाई, जिसको हम कलामी का शरफ अता फरमाया। समझ आई? फकल्लमहुल हिमारो खोते भी आप नाल गल कीती अर्ज कीती जवाब अर्ज कीता, हुजूर पूछया मां इस मुका ओए तड़ा ना केवे जामी साहब आख्या सगत राकाश जामी नाम भूदे, सगत राकाश जामी नाम भूदे, सगत राकाश जामी नाम भूदे। काश ए कमली वाले तेरे कुत्ते दा ना जामी होवे।
ਉਹ ਤੇਰੇ ਲੱਭ ਤੇ ਕਦੇ ਕਦੇ ਜਾਮੀ ਦਾ ਇਸ ਹਵਾਲੇ ਨਾਲ ਨਾ ਤਾਂ ਆ ਜਾਵੇ। ਫਰਮਾਇਆ ਮਾ ਇਸ ਮੁਕਾ ਉਹ ਤੇਰਾ ਨਾਂ ਕਿਵੇ? ਕਾਲਾ ਯਜ਼ੀਦ ਬਿਨ ਸ਼ਿਹਾਬ। ਉਸ ਆਖਿਆ ਯਜ਼ੀਦ ਬਿਨ ਸ਼ਿਹਾਬ ਮੇਰਾ ਨਾਮ ਹੈ। ਉਸ ਅਰਜ਼ ਕੀਤੀ ਮਜ਼ੀਦ, ਅਖਰਜ ਅੱਲਾਹ ਮਿਨ ਨਸਲ ਜੱਦੀ ਸਿੱਤੀਨਾ ਹਿਮਾਰਨ। ਅੱਲਾ ਮੈਂਡੀ ਨਸਲ ਤੇ 60 ਖੋਤੇ ਪੈਦਾ ਕੀਤੇ ਨੇ ਮੇਰੇ ਪਿਓ ਦਾਦੇ ਉੱਤੇ, ਜਿਹੜੇ 60 ਖੋਤੇ ਪੈਦਾ ਹੋਏ ਮੇਰੀ ਨਸਲ ਚ। ਲਮ ਯਬਕਾ ਹਾਂ ਕੁੱਲਹੁਮ ਲਾ ਯਰ ਕਬਹੁਮ ਇਲਾ ਨਬੀਯੁਨ। ਉਹਨਾਂ ਸਾਰਿਆਂ ਤੋਂ ਕੋਈ ਸਿਵਾ ਨਬੀਆਂ ਤੂੰ ਕਿਸੇ ਸਵਾਰੀ ਨਹੀਂ ਕੀਤੀ। 60 ਮਾਣਾ 60 ਖੋਤਾ ਉੱਤੇ ਜਿਹੜਾ ਪਿਓ ਦਾਦੇ ਗੁਜ਼ਰੇ ਨੇ ਉਹਨਾਂ ਸਾਰਿਆਂ ਉੱਤੇ ਨਬੀਆਂ ਸਵਾਰੀ ਕੀਤੀ। ਕੋਈ ਨਵੀਂ ਚੀਜ਼ ਵੀ ਪੇਸ਼ ਕਰਾਂ ਨਾ ਤੁਸਾਂ, ਇਹ ਤਾਂ ਨਾ ਆਖੋ ਨਾ ਕਿ ਖਾਲੀ ਸ਼ੇਰ ਸੁਣਾ ਕੇ ਮੈਂ ਚਲਾ ਗਿਆ। ਮੌਲਵੀ ਬੈਠੇ ਤੇ ਮੌਲਵੀਆਂ ਦੇ ਸਾਹਮਣੇ ਜ਼ਰਾ ਇਬਾਰਤ ਪੜ੍ਹਨੀ ਔਖੀ ਹੋਣੀ। ਲਮ ਯਰਕਬ ਹੁਮ ਇਲਾ ਨਬੀਯੁਮ ਲਮ ਯਬਕਾ ਮਿਨ ਨਸਲ ਜੱਦੀ ਗੈਰੀ ਵਲਾ ਮਿਨ ਅਲ ਅੰਬੀਆ ਗੈਰੁਕ। ਸੋਹਣਿਆ ਮੈਂਡੀ ਨਸਲ ਚੂ ਮੈਨੇ ਤੂੰ ਬਗੈਰ ਕੋਈ ਨੀ ਰਿਹਾ ਆਖਰੀ ਆ, ਤੇ ਤੂੰ ਨਬੀਆਂ ਵਿੱਚੋਂ ਆਖਰੀ ਹੈ। ਸਰਕਾਰ ਕਦੇ ਕਰਮ ਫਰਮਾਓ ਤਾਂ ਕੋਈ ਨਾ ਇਲਤਜਾ ਕਰਨੇ ਨਾ ਤਰੀਕਾ ਕਿਹੜਾ? ਪਹਿਲੇ ਖੋਤੇ ਵੀ ਪਤਾ ਹੈ ਕਿ ਅਫਸਹੁਲ ਅਰਬੇ ਵਾਲਾ ਜਬ ਮੇਰੇ ਸਾਹਮਣੇ ਖਲੋਤਾ ਹੈ ਤੇ ਮੈਂ ਗੱਲ ਸਾਇਲ ਹੋਣਾ ਤਾਂ ਮੰਗਣੇ ਵਾਲਾ ਕਈ ਉਹਨੇ ਨਾ ਐਵੇਂ ਸਿੱਧੇ ਸਵਾਲ ਕਰ ਛੋੜਨੇ, ਜਿਹੜਾ ਜ਼ਰਾ ਗੱਲਾਂ ਪਹਿਲੇ ਟੋਰ ਕੇ ਜ਼ਰਾ ਗੱਲ ਫਬਾ ਕੇ ਹੈਂਜੀ ਤਾਂ ਜੇ ਮਾਇਲ ਬਕਰਮ ਕਰਨੇ ਵਾਸਤੇ। ਉਹ ਖੋਤਿਆਂ ਵੀ ਪਤਾ ਹੈ ਕਮਲੀ ਵਾਲੇ ਨਾਲ ਕਿੰਜ ਅਰਜ਼ ਕਰੀ ਨਾ ਜੀ। ਉਸ ਆਖਿਆ ਸਰਕਾਰ 60 ਪੁਸ਼ਤ ਉੱਤੇ ਨਬੀਆਂ ਤੋਂ ਬਗੈਰ ਮੇਰੇ ਪਿਓ ਦਾਦਿਆਂ ਤੇ ਬੈਠਾ ਕੋਈ ਨਹੀਂ ਤੇ ਸਰਕਾਰ ਹੁਣ ਮੈਂ ਵੀ ਆਖਰੀ ਰਹਿ ਗਿਆ। ਉਹ ਖੋਤਿਆਂ ਵੀ ਪਤਾ ਹੈ ਆਖਰੀ ਨਬੀ ਆ, ਖੋਤਿਆਂ ਵੀ ਪਤਾ ਹੈ ਆਖਰੀ ਨਬੀ। ਓਏ ਬੋਲੋ ਨਾ ਮਰਨੇ ਜੋਗੇ ਹੋ ਤੁਸਾਂ, ਕੀ ਹੋਇਆ ਬੋਲੋ? ਹੈ ਜੀ ਮੁਫਤੀ ਸਾਹਿਬ ਤੱਕੋ ਖੋਤਾ ਪਿਆ ਨਾ ਅੱਲਾਹ ਅਕਬਰ। ਇਸ ਕੈਮਰੇ ਕੇ ਹਵਾਲੇ ਸੇ ਯੇ ਮੇਰੀ ਆਵਾਜ਼ ਜਹਾਂ ਤੱਕ ਜਾਏਗੀ, ਜੋ ਮੁਤਨਬੀ ਹੈ ਜਾਲੀ ਨਬੀ ਕੇ ਪਿੱਛੇ ਚੱਲਨੇ ਵਾਲੇ, ਵੋ ਵੀ ਸੁਣ ਲੇ ਕਮਲੀ ਵਾਲੇ ਕੇ ਦੌਰ ਕੇ ਗਧੇ ਕੇ ਇਲਮ ਕਾ ਮਕਾਮ। ਗਧੇ ਕੋ ਪਤਾ ਕਿਆ ਗਧਾ ਅਰਜ਼ ਕਰਤਾ ਹੈ? ਹੋਰ ਗੱਲ ਵੀ ਕਰ ਸਕਣਾ, ਆਖ ਸਕਣਾ ਯਾਰ ਸੁਣ ਲਾਓ ਤਸ਼ੀਫ ਰੱਖੋ ਮੈਨੀ ਕੰਡੀ ਤੇ ਬਹੁ, ਨਹੀਂ ਉਸ ਦੱਸਿਆ ਮੈਂ ਪਿਛਲੇ ਆਣੇ ਵਾਲੇ ਜਿਹੜੇ ਇਨਸਾਨਾਂ ਦੀ ਸ਼ਕਲਾਂ ਚ ਖੋਤੇ ਨੇ, ਇਨਸਾਨਾਂ ਦੀ ਸ਼ਕਲਾਂ ਜਿਹੜੇ ਖੋਤੇ ਆ ਸਨ ਨਾ ਬਾਅਦ ਵਿੱਚ ਜਿਹਨਾਂ ਮਕਾਮੇ ਮੁਸਤਫਾ ਪਤਾ ਨਹੀਂ ਉਹਨਾਂ ਮੈਂ ਦੱਸਾਂ ਦੋ ਗੱਲਾਂ ਖੋਤੇ ਆਖੀਆਂ ਨੇ ਕਿ ਹਾਂ ਉਸ ਆਖਿਆ ਲਮ ਯਬਕਾ ਮਿਨ ਨਸਲ ਜੱਦੀ ਗੈਰੀ ਮੇਰੀ ਨਸਲ ਚੂ ਮੇਰੇ ਤੋਂ ਬਗੈਰ ਹੋਣ ਇਸ ਰੂਹ ਜ਼ਮੀਨ ਤੇ ਕੋਈ ਨਹੀਂ ਵਲਾ ਮਿਨ ਅਲ ਅੰਬੀਆ ਗੈਰੁਕ ਤੇ ਨਬੀਆਂ ਚੂ ਤਣੇ ਸਿਵਾ ਹੁਣ ਕੋਈ ਨਹੀਂ ਰਿਹਾ। ਮਤਲਬ ਅੱਗੇ ਕੋਈ ਨਹੀਂ ਆਉਣ ਲੱਗਾ, ਤੂੰ ਆਖਰੀ ਹੈ। ਅੱਗੇ ਆਹਨਾ ਵਕਦ ਕੁੰਤੋ ਅਤਵਕ